ਕੋਰੋਨਾ ਵਾਇਰਸ ਤੋਂ ਬਾਅਦ ਹੁਣ ਦੇਸ਼ ਵਿੱਚ ਇੱਕ ਹੋਰ ਬਿਮਾਰੀ ਜਾਨਲੇਵਾ ਬਣਦੀ ਜਾ ਰਹੀ ਹੈ। 50% ਮੌਤ ਦਰ ਵਾਲੀ ਇਹ ਬਿਮਾਰੀ ਕੀ ਹੈ ਅਤੇ ਕਿੱਦਾਂ ਫੈਲਦੀ ਹੈ, ਇਹ ਜਾਣਨ ਲਈ ਬਣੇ ਰਹੋ ਇਸ ਵੀਡੀਓ ਨਾਲ। ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ। ਆਪਾਂ ਸਾਰੇ ਜਾਣਦੇ ਹੀ ਹਾਂ ਕਿ ਕਿਵੇਂ ਕੋਰੋਨਾ ਵਾਇਰਸ ਕਰੀਬ 1.5 ਸਾਲ ਤੋਂ ਪੂਰੀ ਦੁਨੀਆ ਵਿੱਚ ਕਹਿਰ ਬਰਪਾ ਰਿਹਾ ਹੈ। ਭਾਰਤ ਵਿੱਚ ਹੁਣ ਕੋਰੋਨਾ ਤੋਂ ਠੀਕ ਹੋ ਰਹੇ ਮਰੀਜ਼ਾਂ ਨੂੰ ਇੱਕ ਹੋਰ ਬਿਮਾਰੀ ਆਪਣੇ ਚਪੇਟ ਵਿੱਚ ਲੈ ਰਹੀ ਹੈ। ਇਹ ਬਿਮਾਰੀ ਹੈ ਮਿਊਕਰਮਾਈਕੋਸਿਸ, ਜਿਸ ਨੂੰ ਬਲੈਕ ਫੰਗਸ ਵੀ ਕਹਿੰਦੇ ਹਨ। ਸਭ ਤੋਂ ਪਹਿਲਾਂ ਦੱਸ ਦਈਏ, ਇਹ ਬਿਮਾਰੀ ਕੋਈ ਨਵੀਂ ਨਹੀਂ ਹੈ, ਨਾ ਹੀ ਇਹ ਸੰਕਰਮਣ ਦੇ ਰੂਪ ਵਿੱਚ ਇੱਕ ਮਰੀਜ਼ ਤੋਂ ਦੂਜੇ ਮਰੀਜ਼ ਵਿੱਚ ਫੈਲਦੀ ਹੈ। ਮਾਈਕਰਮਾਈਸਿਟਸ ਨਾਮਕ ਇੱਕ ਫੰਗਸ ਸਰੀਰ ਵਿੱਚ ਇਸ ਬਿਮਾਰੀ ਦਾ ਕਾਰਨ ਬਣਦਾ ਹੈ। ਨੱਕ ਦੇ ਰਸਤੇ ਇਹ ਫੰਗਸ ਅੱਗੇ ਵਧਦਾ ਹੋਇਆ 2 ਤੋਂ 4 ਦਿਨਾਂ ਵਿੱਚ ਅੱਖਾਂ ਤੱਕ ਪਹੁੰਚ ਜਾਂਦਾ ਹੈ, ਜਿਸ ਨਾਲ ਸਿਰ ਅਤੇ ਅੱਖ ਅੰਦਰ ਤੇਜ਼ ਦਰਦ ਹੁੰਦਾ ਹੈ। ਅੱਖ ਵਿੱਚ ਪਾਣੀ ਆਉਣਾ ਤੇ ਅੱਖ ਦੀ ਪੁਤਲੀ ਖੜਨਾ ਇਸ ਦੇ ਮੁੱਖ ਲੱਛਣ ਹਨ। ਇਸ ਫੰਗਲ ਇਨਫੈਕਸ਼ਨ ਨੂੰ ਰੋਕਣ ਲਈ ਮਰੀਜ਼ ਦੀ ਅੱਖ ਕੱਟਣੀ ਪੈਂਦੀ ਹੈ। ਸਮੇਂ ਸਿਰ ਇਸ ਇਨਫੈਕਸ਼ਨ ਦੀ ਪਛਾਣ ਨਾ ਹੋਣ ਤੇ ਇਨਫੈਕਸ਼ਨ ਦਿਮਾਗ ਤੱਕ ਵੀ ਪਹੁੰਚ ਸਕਦੀ ਹੈ, ਜਿਸ ਨਾਲ ਮਰੀਜ਼ ਨੂੰ ਅਧਰੰਗ ਅਤੇ ਬ੍ਰੇਨ ਹੈਮਰੇਜ ਦਾ ਖਤਰਾ ਵੀ ਪੈਦਾ ਹੋ ਜਾਂਦਾ ਹੈ। ਇੱਥੇ ਸੋਚਣ ਵਾਲੀ ਗੱਲ ਹੈ ਕਿ ਇਹ ਬਿਮਾਰੀ ਸਿਰਫ ਕੋਰੋਨਾ ਮਰੀਜ਼ਾਂ ਨੂੰ ਹੀ ਕਿਉਂ ਅਟੈਕ ਕਰ ਰਹੀ ਹੈ। ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਦੀ ਇਮਿਊਨਿਟੀ ਜਾਣੀ ਬਿਮਾਰੀ ਨਾਲ ਲੜਨ ਦੀ ਸ਼ਕਤੀ ਬਹੁਤ ਘੱਟ ਹੁੰਦੀ ਹੈ। ਇਸ ਹਾਲਤ ਵਿੱਚ ਜੇਕਰ ਇਹ ਫੰਗਸ ਸਰੀਰ ਵਿੱਚ ਸਾਹ ਰਾਹੀਂ ਜਾਂ ਕਿਸੇ ਸੱਟ ਜਾਂ ਜ਼ਖਮ ਰਾਹੀਂ ਚਲਾ ਜਾਵੇ ਤਾਂ ਥੋੜੇ ਸਮੇਂ ਅੰਦਰ ਹੀ ਇਹ ਪੂਰੀ ਤਰ੍ਹਾਂ ਐਕਟੀਵੇਟ ਹੋ ਕੇ ਵਧਣ ਲੱਗਦਾ ਹੈ। ਪਿਛਲੇ ਸਾਲ ਵੀ ਕੋਰੋਨਾ ਮਰੀਜ਼ ਠੀਕ ਹੋਣ ਤੋਂ ਬਾਅਦ ਇਸ ਫੰਗਸ ਦੇ ਸ਼ਿਕਾਰ ਹੋਏ ਸਨ, ਪਰ 2021 ਵਿੱਚ ਇਸ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਹਨ। ਦਿੱਲੀ ਦੇ ਗੰਗਾ ਰਾਮ ਹਸਪਤਾਲ ਵਿੱਚ ਪਿਛਲੇ ਦਿਨਾਂ ਵਿੱਚ ਹੀ ਮਿਊਕਰਮਾਈਕੋਸਿਸ ਦੇ ਕਾਫੀ ਮਾਮਲੇ ਸਾਹਮਣੇ ਆਏ ਹਨ, ਜਿਸ ਦੇ ਉੱਥੋਂ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਨਾਲ ਨਾਲ ਡਾਇਬਟੀਜ਼, ਕੈਂਸਰ, ਹਾਈ BP ਅਤੇ ਉਹ ਲੋਕ ਜਿਨ੍ਹਾਂ ਦੀ ਇਮਿਊਨਿਟੀ ਘੱਟ ਹੈ ਇਸ ਬਿਮਾਰੀ ਦੇ ਸ਼ਿਕਾਰ ਹੋ ਸਕਦੇ ਹਨ। ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਟੋਟਲ ਪੰਜਾਬੀ।